بسم اللہ الرحمن الرحیم، السلام علیکم تمام دوستاں نوں ریکس کچن وچ خوش آمدید۔ اج اسیں سپائسی چکن سٹیک بناواں گے، بڑا آسان طریقہ ہے بناون دا۔ تسیں سب تو پہلے چکن دے بریسٹ دے پیس لے لینے، سینے دے پیس لے کے انہوں نے اس طرح کٹ لینا۔ ਕੱਟਣ ਤੋਂ ਬਾਅਦ ਫਿਰ ਅਸੀਂ ਇਹਦੇ ਰੇਸ਼ੇ ਡੈਮੇਜ ਕਰਨੇ ਆ। ਕੋਈ ਵੀ ਚੀਜ਼ ਤੁਸੀਂ ਲੈ ਲਓ, ਮੇਰੇ ਕੋਲ ਲੱਕੜੀ ਦਾ ਛੋਟਾ ਜਿਹਾ ਟੁਕੜਾ ਸੀ, ਮੈਂ ਇਹਦੇ ਨਾਲ ਹੀ ਇਹਦੇ ਰੇਸ਼ੇ ਜਿਹੜੇ ਉਹ ਡੈਮੇਜ ਕਰ ਲੈਣਾ, ਇਸ ਤਰ੍ਹਾਂ ਕੁੱਟ ਲੈਣਾ ਇਹਨੂੰ। ਫਿਰ ਮਸਾਲਾ ਜਿਹੜਾ ਹੈ ਉਹ ਅੰਦਰ ਤੱਕ ਰਚ ਬਸ ਜਾਏਗਾ। ਸਾਰੇ ਪੀਸਾਂ ਨੂੰ ਇਸ ਤਰ੍ਹਾਂ ਤਿਆਰ ਕਰਕੇ ਅਤੇ ਤੁਸੀਂ ਇਹਨੂੰ ਮਸਾਲੇ ਲਗਾ ਕੇ ਤਕਰੀਬਨ 2 ਘੰਟੇ ਵਾਸਤੇ ਰੱਖ ਦਿਓ। ਮਸਾਲੇ ਜਿਹੜੇ ਲਗਾਉਣੇ ਆ ਉਹ ਜ਼ਰਾ ਦੇਖੋ ਕਿ ਸਭ ਤੋਂ ਪਹਿਲੇ ਅਸੀਂ 1 ਚਮਚ ਲੈਮਨ ਜੂਸ ਦਾ ਲਗਾਵਾਂਗੇ, 1 ਚਮਚ ਅਦਰਕ ਲਸਣ ਦਾ ਪੇਸਟ, 1/2 ਚਮਚ ਨਮਕ ਅਤੇ 1/2 ਚਮਚ ਕਾਲੀ ਮਿਰਚ ਲਗਾ ਕੇ ਤਕਰੀਬਨ 2 ਘੰਟੇ ਵਾਸਤੇ ਅਸੀਂ ਇਹਨਾਂ ਨੂੰ ਰੱਖ ਦਿਆਂਗੇ ਮੈਰੀਨੇਸ਼ਨ ਹੋਣ ਵਾਸਤੇ। 2 ਘੰਟੇ ਬਾਅਦ ਅਸੀਂ ਇਹਨਾਂ ਨੂੰ ਗ੍ਰਿਲ ਕਰਾਂਗੇ। ਹੁਣ ਅਸੀਂ ਗ੍ਰਿਲ ਕਰਨ ਤੋਂ ਪਹਿਲੇ ਇਹਨੂੰ ਥੋੜ੍ਹਾ ਜਿਹਾ ਆਇਲ ਲਗਾਵਾਂਗੇ। ਇਸ ਤਰ੍ਹਾਂ ਲਗਾ ਕੇ ਇਸ ਨੂੰ ਤੁਸੀਂ ਅੱਛੀ ਤਰ੍ਹਾਂ ਹਿਲਾ ਲੈਣਾ, ਮਿਕਸ ਕਰ ਲੈਣਾ। ਮੇਰੇ ਕੋਲ ਇਲੈਕਟ੍ਰੋਨਿਕ ਗ੍ਰਿਲ ਪੈਨ ਹੈਗਾ, ਮੈਂ ਇਹਦੇ 'ਤੇ ਇਹਨੂੰ ਗ੍ਰਿਲ ਕਰ ਰਿਹਾ। ਵੈਸੇ ਸਾਦਾ ਪੈਨ ਵੀ ਮਿਲਦੇ ਆ, ਤੁਸੀਂ ਉਹ 'ਤੇ ਵੀ ਕਰ ਸਕਦੇ ਹੋ। ਇਹਨਾਂ ਪੀਸਾਂ ਨੂੰ ਇਸ ਤਰ੍ਹਾਂ ਤੁਸੀਂ ਪੈਨ ਦੇ ਵਿੱਚ ਰੱਖ ਦੇਣਾ, ਤਕਰੀਬਨ 7-8 ਮਿੰਟ ਤੋਂ ਬਾਅਦ ਤੁਹਾਡੇ ਪੀਸ ਜਿਹੜੇ ਆ ਉਹ ਬਿਲਕੁਲ ਤਿਆਰ ਹੋ ਜਾਣਗੇ। ਅਤੇ ਤਕਰੀਬਨ 7-8 ਮਿੰਟ ਹੋ ਗਏ ਅਤੇ ਇਹਨਾਂ ਨੂੰ ਚੈੱਕ ਕਰਦੇ ਹਾਂ। ਸਾਡੀ ਚਿਕਨ ਸਟੀਕ ਬਿਲਕੁਲ ਤਿਆਰ ਹੋ ਗਈ। ਕਿਤਨੀ ਖੂਬਸੂਰਤ, ਬਹੁਤ ਅੱਛਾ ਕਲਰ ਔਰ ਬੜਾ ਅੱਛਾ ਟੇਸਟ ਬਣਿਆ। ਤੁਸੀਂ ਵੀ ਜ਼ਰੂਰ ਟਰਾਈ ਕਰਨਾ, ਬਹੁਤ ਸੌਖੀ ਡਿਸ਼ ਹੈ। ਚਿਕਨ ਸਟੀਕ ਬਣਾਉਣਾ ਬਹੁਤ ਆਸਾਨ ਹੈ। ਮੇਰੀ ਵੀਡੀਓ ਦੇਖਣ ਦਾ ਬਹੁਤ ਸ਼ੁਕਰੀਆ। ਵੀਡੀਓ ਪਸੰਦ ਆਵੇ ਤਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲੇ ਕਮੈਂਟਸ ਦੇ ਵਿੱਚ ਜ਼ਰੂਰ ਲਿਖਿਆ ਕਰੋ ਕਿ ਮੇਰੀ ਵੀਡੀਓ ਤੁਹਾਨੂੰ ਕੈਸੀ ਲੱਗੀ। ਕੋਈ ਨਵੀਂ ਤਜਵੀਜ਼ ਹੋਵੇ ਤਾਂ ਉਹ ਵੀ ਜ਼ਰੂਰ ਲਿਖਣਾ। ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ।